ਡੀਐਲਸੀ ਕੈਰੋ ਵਿਖੇ 71ਵੇਂ ਸਾਡੇ ਬਲਾਕ ਕੈਰੋ ਦੇ ਨੌਜਵਾਨ ਵੀਰ ਮੇਰੀਆਂ ਭੈਣਾਂ ਸਾਡੇ ਸਿਵਲ ਸਰਜਨ ਮੈਡਮ ਰੇਨੂ ਭਾਟੀਆ ਜੀ ਐਸਐਮਓ ਡਾਕਟਰ ਸੰਜੀਵ ਕੋਹਲੀ ਜੀ ਆਮ ਆਦਮੀ ਪਾਰਟੀ ਦੇ ਸਾਡੇ ਦਰਜਾ ਬਰਦਰਜਾ ਆਗੂ ਸਭਾ ਵਰਕਰ ਸਭਾ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦੇ ਮਸਲੇ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਹਰੇਕ ਬਲਾਕ ਦੇ ਵਿੱਚ ਪੂਰੇ ਪੰਜਾਬ 'ਚ ਕੈਂਪ ਲਗਾ ਰਹੇ ਆ ਤੇ ਮੈਂ ਬੇਨਤੀ ਕਰਦਾ ਹਰੇਕ ਆਪਣੀ ਭੈਣ ਨੂੰ ਭਰਾ ਨੂੰ ਕਿ ਜਿਹੜਾ ਇਹ 5 ਲੱਖ ਦੇ ਇਲਾਜ ਵਾਲਾ ਕਾਰਡ ਬਣਦਾ ਇਹ ਆਪਣੇ ਪਰਿਵਾਰ ਦੇ ਵਿੱਚ ਇਲਾਕੇ ਦੇ ਵਿੱਚ ਰਿਸ਼ਤੇਦਾਰਾਂ ਨੂੰ ਹਰੇਕ ਨੂੰ ਬੇਨਤੀ ਕਰੋ ਕਿ ਹਰੇਕ ਆਪਣਾ 5 ਲੱਖ ਦਾ ਕਾਰਡ ਬਣਵਾਵੇ ਤਾਂ ਜੋ ਆਪਣੇ ਪਰਿਵਾਰ ਦੇ ਵਿੱਚ ਕਿਤੇ ਵੀ ਕੋਈ ਮੁਸ਼ਕਲ ਆਵੇ ਬਿਮਾਰ ਹੋਵੇ ਕੋਈ ਆਪਣੇ ਪਰਿਵਾਰ ਦਾ ਮੈਂਬਰ ਤੇ ਉਹਦਾ ਇਲਾਜ ਕਰਾਉਣ ਦੇ ਵਿੱਚ ਦਿੱਕਤ ਨਾ ਆਵੇ ਬੜੀ ਵੱਡੀ ਸਹੂਲਤ ਆ ਛੋਟੀ ਸਹੂਲਤ ਨਹੀਂ ਬੜੀ ਵੱਡੀ ਸਹੂਲਤ ਆ ਕਿ ਜੇ ਸਰਕਾਰ 5 ਲੱਖ ਦਾ ਇਲਾਜ ਫ੍ਰੀ ਕਰੇ ਪਰਿਵਾਰ ਦੇ ਵਿੱਚੋਂ ਤੇ ਜਿਹੜਾ ਕੋਈ ਤਗੜਾ ਮੈਂ ਤਾਂ ਕਹਿੰਦਾ ਉਹਦੇ ਵਾਸਤੇ ਵੀ 5 ਲੱਖ ਦਾ ਖਰਚ ਕਰਨਾ ਬੜਾ ਔਖਾ ਪਰ ਜਿਹੜੇ ਕੋਈ ਗਰੀਬ ਪਰਿਵਾਰ ਨੇ ਦਿਹਾੜੀ ਕਰਕੇ ਰਕਸ਼ਾ ਚਲਾ ਕੇ ਆਪਣੇ ਪਰਿਵਾਰ ਪਾਲਦੇ ਨੇ ਉਹਨਾਂ ਵਾਸਤੇ ਬੜੀ ਵੱਡੀ ਸਹੂਲਤ ਹੈ ਤੇ ਹਰੇਕ ਨੂੰ ਜਿਹੜੀ ਕੋਈ ਸਰਕਾਰੀ ਸਹੂਲਤ ਉਹਦਾ ਲਾਭ ਲੈਣਾ ਚਾਹੀਦਾ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਭ ਤੋਂ ਪਹਿਲੀ ਸੋਚ ਵੱਡੀ ਸੋਚ ਹੀ ਇਹ ਆ ਕਿ ਕਿਸੇ ਦਾ ਵੀ ਇਲਾਜ ਤੋਂ ਬਿਨਾਂ ਕੋਈ ਜੀ ਨਾ ਰਹਿ ਜੇ ਜਾਂ ਕਿਸੇ ਦਾ ਬੱਚਾ ਪੜ੍ਹਨ ਤੋਂ ਨਾ ਰਹਿ ਜੇ ਇਹ ਦੋ ਵੱਡੀਆਂ ਗੱਲਾਂ ਪੜ੍ਹਾਈ ਤੇ ਇਲਾਜ ਇਹਨਾਂ ਦੋਵਾਂ ਕੰਮਾਂ ਲਈ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਬਹੁਤ ਜ਼ਿਆਦਾ ਧਿਆਨ ਆ ਤੇ ਅਸੀਂ ਵੀ ਜਿਵੇਂ ਮੰਗਾਂ ਰੱਖੀਆਂ ਸਰਦਾਰ ਪਰਮਿੰਦਰ ਸਿੰਘ ਹੋਣਾ ਸਿਵਲ ਸਰਜਨ ਮੈਡਮ ਨੇ ਕੋਹਲੀ ਸਾਹਿਬ ਨੇ ਉਹ ਜਿੰਨੀਆਂ ਮੰਗਾਂ ਨੇ ਉਹ ਪੂਰੀਆਂ ਵੀ ਕਰਾਂਗੇ ਤੇ ਪਿਛਲੇ 1 ਮਹੀਨੇ ਦੌਰਾਨ 1.5 ਮਹੀਨਾ ਹੋ ਗਿਆ ਤੁਹਾਡੀ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਬਹੁਤ ਸਮਾਨ ਇੱਥੇ ਹਸਪੀਟਲ ਕਲਾ ਕੈਰੋ ਸੀਐਸਸੀ ਕੈਰੋ ਵਿਖੇ ਨਹੀਂ ਪੂਰੇ ਪੰਜਾਬ 'ਚ ਹੀ ਸਾਰੇ ਸਮਾਨ ਆ ਰਿਹਾ ਜਿਵੇਂ ਸਟੇਟਰਸ ਆਏ ਨੇ ਵੀਲ ਚੇਅਰ ਆਈਆਂ ਮਾਡਰਨ ਬੈੱਡ ਆਏ ਆ ਬੈੱਡ ਸਾਈਡ ਟਰਾਲੀ ਆਈ ਆ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਆਇਆ ਤੇ ਜਿਵੇਂ ਆਪਾਂ ਅੱਗੇ ਦੇਖਦੇ ਸਾਂ ਹਸਪੀਟਲ ਦੇ ਵਿੱਚੋਂ ਮੈਡੀਸਨ ਲਿਖਦੇ ਨੇ ਡਾਕਟਰਾਂ ਨੇ ਕਿ ਬਾਹਰੋਂ ਮੈਡੀਕਲ ਸਟੋਰਾਂ ਤੋਂ ਲੈ ਲਓ ਹੁਣ ਹਰੇਕ ਹਸਪੀਟਲ ਦੇ ਵਿੱਚ ਮੈਡੀਸਨ ਜਿਹੜੀ ਆ ਉਹ ਪੂਰੀ ਮਿਲਦੀ ਆ ਕਿਸੇ ਨੂੰ ਕੋਈ ਵੀ ਰੋਗ ਹੋਵੇ ਉਹ ਹਸਪੀਟਲ ਚੋਂ ਹੀ ਲਵੇ ਜੇ ਕਿਸੇ ਭੈਣ ਭਰਾ ਨੂੰ ਕਿਤੋਂ ਦਵਾਈ ਨਹੀਂ ਮਿਲਦੀ ਜਾਂ ਡਾਕਟਰ ਦੁਰਵਿਵਹਾਰ ਕਰਦੇ ਆ ਉਹ ਵੀ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਬਾਕੀ ਮੈਨੂੰ ਤੇ ਇੱਥੋਂ ਤੱਕ ਲੱਗਦਾ ਕਿ ਜਦੋਂ ਦੀ ਸਰਕਾਰ ਬਦਲੀ ਆ ਸਾਡੇ ਮੁਲਾਜ਼ਮ ਡਾਕਟਰ ਸਿਵਲ ਸਰਜਨ ਸਾਹਿਬਾਨ ਸਾਰੇ ਹੀ ਸਿੰਸੀਅਰ ਹੋ ਗਏ ਆ ਕਿਉਂਕਿ ਪਹਿਲੀਆਂ ਸਰਕਾਰਾਂ ਹੀ ਮਿਸਲੀਆਂ ਸਨ ਜਦੋਂ ਸਰਕਾਰਾਂ ਦੇ ਨੁਮਾਇੰਦੇ ਖੁਦ ਕੰਮ ਚੋਰ ਸਨ ਤੇ ਉਸੇ ਤਰ੍ਹਾਂ ਹੀ ਅਗਲੇ ਬੰਦੇ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨਿਰਦੇਸ਼ ਦੇ ਦਿੱਤੇ ਜਾਂਦੇ ਸਨ ਆ ਹੁਣ ਮੈਂ ਤੁਹਾਡੇ ਇਕੱਠ ਨੂੰ ਵੇਖ ਕੇ ਪਤਾ ਲੱਗਦਾ ਕਿ ਲੋਕਾਂ 'ਚ ਜਾਗਰੂਕਤਾ ਆ ਗਈ ਆ ਅੱਗੇ ਨਹੀਂ ਤੇ ਜੇ ਕੋਈ ਕੈਂਪ ਲੱਗਣਾ ਤੇ ਗਿਣਤੀ ਬਿਲਕੁਲ ਥੋੜ੍ਹੀ ਹੋਣੀ ਤੇ ਮੈਂ ਬੇਨਤੀ ਕਰਾਂ ਜਿਹੜੇ ਸਾਡੇ ਭੈਣ ਭਰਾ ਰਹਿ ਗਏ ਉਹਨਾਂ ਨੂੰ ਤੁਸੀਂ ਜਾ ਕੇ ਦੱਸੋ ਕਿ 5 ਲੱਖ ਵਾਲਾ ਕਾਰਡ ਹਰੇਕ ਪਰਿਵਾਰ ਦੇ ਵਿੱਚ ਬਣੇ ਕੋਈ ਪਰਿਵਾਰ ਰਹਿ ਨਾ ਜਾਵੇ ਤੇ ਇੱਕ ਮੈਂ ਬੇਨਤੀ ਕਰਾਂ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਆਪਣਾ ਖੂਨਦਾਨ ਕਰਨ ਵਾਲੇ ਪ੍ਰੇਰਿਤ ਕਰਨਾ ਚਾਹੀਦਾ ਇੱਕ ਦੂਜੇ ਨੂੰ ਕਿਉਂਕਿ ਖੂਨਦਾਨ ਮਹਾਨ ਦਾਨ ਆ ਸਭ ਤੋਂ ਵੱਡਾ ਦਾਨ ਖੂਨਦਾਨ ਆ ਤੇ ਆਪਾਂ ਜਦੋਂ ਖੂਨਦਾਨ ਕਰਦੇ ਆ ਕਈ ਵਾਰ ਕਿਸੇ ਦੀ ਜਾਨ ਬਚ ਸਕਦੀ ਆ ਜਦੋਂ ਆਪਾਂ ਖੂਨ ਦਈਏ ਤੇ 24 ਘੰਟਿਆਂ ਦੇ ਵਿੱਚ ਆਪਣਾ ਖੂਨ ਫੇਰ ਪਹਿਲਾਂ ਦੀ ਤਰ੍ਹਾਂ ਪੂਰਾ ਆ ਜਾਂਦਾ ਤੇ ਆਪਾਂ ਨੂੰ ਆਪਣੀ ਮੌਤ ਤੋਂ ਬਾਅਦ ਅੱਖਾਂ ਵੀ ਦਾਨ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜਾ ਵੀ ਆਪਾਂ ਸਮਾਜ ਭਲਾਈ ਦਾ ਕੋਈ ਵੀ ਕੰਮ ਕਰਦੇ ਆ ਉਹਦੇ 'ਚ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਦਾ ਜਿਹੜਾ ਉਹ ਕਾਲ ਪੁਰਖ ਵਾਹਿਗੁਰੂ ਵੀ ਭਲਾ ਕਰਦਾ ਜਦੋਂ ਆਪਾਂ ਸਮਾਜ ਬਾਰੇ ਸੋਚਦੇ ਹਾਂ ਤੇ ਮੈਂ ਬੇਨਤੀ ਕਰੂੰਗਾ ਕਿ ਖੂਨ ਦਾਨ ਕਰਨ ਵਾਲੇ ਪਾਸੇ ਆਪਣੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਆਪਾਂ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਮੈਂ ਖੁਦ ਵੀ ਮੈਂ ਵੀ ਚਾਹੁੰਦਾ ਵੀ ਮੈਂ ਵੀ ਆਪਣਾ
जीवन की समाप्ति तो बाद मैं भी अपनी अखा दान का वो फार्म भरूंगा तो आप सारे दान कर लिए जी, क्योंकि जेड़ा कोई अखा तो बिना इंसान उन्हें पता होता कि जिंदगी किवें जीनी है, तो जी अपनी अखा नाल वो इंसान फिर देख सके तो आप फिर जीते रह गए। अपन हरेक अखा दान कर फार्म भरना चाहिए, अपनी मौत तो बाद भी आप जीते रह सकते, किसी के काम आ सकते हैं, तो जो आप मौत हो गई अपना अंतिम संस्कार हो गया तो वह सारा कुछ सट जाना, तो जे किसी कोई साढ़े शरीर का अंग काम आ सकता तो सानू पहल के आधार पर काम करने चाहिए। आयुष्मान प्रधानमंत्री सेहत बीमा योजना का जिहड़ा 5 लाख का फ्री कार्ड है, ये आम आदमी पार्टी वालों सरदार भगवंत सिंह जी मान वालों निर्देश दिए गए भी कोई भी पिंड कोई भी ब्लाक कोई घर तो वांझा ना रहे। तो मैं डॉक्टर साहबान भी बेनती करता कि जेडे घर रह जाए उन्हों का बाद कार्ड जरूर बना, क्योंकि बड़ी वड्डी है सहूलत ए विभागों वालों सेवावान दी जा रही। मैं इन्हों विभागों का भी धन्यवाद करता, अखा के माहर डॉक्टर आए हैं, औरतों के रोगों के माहर डॉक्टर भी आए हैं, कोरोना टीकाकरण वाले गर्भवती औरतों का इलाज बिल्कुल फ्री है, आयुर्वेदिक होम्योपैथिक का बिल्कुल फ्री इलाज होगा। एक जिमें 18 जमन तो लैके 18 साल तक उम्र के बच्चों कई बार प्रॉब्लम होती है, जिमें दिल च छेक आ जा कोई होर प्रॉब्लम हो डॉक्टर साहब अपने SMO कोहली साहब तुहानू समझा देंगे, वह भावें 15 तो लैके 20 लाख रुपये तक का इलाज से खर्च होवे वो तुहाडा PGI दे विच बिल्कुल इलाज फ्री होगा, उसकी भी जानकारी लग जाए। यह भी बड़ी वड्डी सहूलत कही है, आपां नूं इस चीज़ की जानकारी नहीं होंगी, तो अपने परिवारों के रिश्तेदार कई बार बच्चों के इस तरह दिल के छेक जां होर कई तरह दीआं मेजर बीमारियां होंदियां ते आपां नूं जानकारी ना होण करके आपां कीड़ा महंगा इलाज करा लैंदे आ, अपने घर गहने पै जांदे आ, घर वेच जांदे आ, ते जदों इस चीज़ की फ्री अपना इलाज आ ते PGI उह हॉस्पिटल है जिहदे विच बड़े वधिया वधिया डॉक्टर ते बड़े वधिया इलाज होंदे आ। ते मैं बेनती करांगा कि जे किसी नूं इस तरह का भी कोई दिक्कत या परेशानी है तो वह भी डॉक्टर साहब न संपर्क करके अपना इलाज PGI तो फ्री करा सकते हैं। तो मैं इतने आए अपने भैन भरावों का धन्यवाद करता जिन्हें इन्नी गर्मी होने के बावजूद भी इतने इन्ना लंबा समा अपने भरा का इंतजार किया। बाकी असी जिन्नियां भी गरंटियां दित्तियां सरकार बदली है, तुहाडी अपनी सरकार बनी है, बस कुछ समा लगेगा इंतजार करो खाले का पियो, क्योंकि 75 साल इन्हों पार्टियां राज किया लुकड़ के कुटन तो सिवा कुछ नहीं किया, तो जिहड़ा खजाना वह सारा तुहानू भी पता 3 लाख करोड़ कर्जा चाड़ गया, तो हौली हौली स्टैप बाई स्टैप सारा कुछ सही होगा, तो तुहानू सहूलत भी दित्तियां जाणगियां, सारा सिस्टम भी सही करांगे, बस थोड़ा टाइम वेट करने की लोड़ आ। इन बेनतियां का खिमा का जज गया, वाहिगुरु जी का खालसा वाहिगुरु जी की फतेह। ये साढ़े इलाके के बहुत ही हरमन प्यारे साडे लीडर साहबान ट्रैवल मंत्री सरदार लाल जी सुखर जी हूँ मैं